ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਫਾਰਮਰਸ ਵੈਲਫੇਅਰ ਹੱਬ ਦੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਅਤੇ ਸਿਹਤਮੰਦ ਹੋਵੋਗੇ। ਕਿਸਾਨ ਵੀਰੋ, ਗੱਲ ਕਰਦੇ ਹਾਂ ਜੋ ਮੌਕੇ 'ਤੇ ਤੂੜੀ ਦੇ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ। ਪਹਿਲੇ ਨਾਲੋਂ ਜੋ ਪਹਿਲੇ ਕਾਫੀ ਚਿਰ ਤੋਂ ਤੂੜੀ ਦੇ ਰੇਟ ਕਾਫੀ ਥੱਲੇ ਚੱਲ ਰਹੇ ਸੀ, ਉਹਨਾਂ 'ਚ ਹੁਣ ਪਹਿਲੇ ਨਾਲੋਂ ਸੁਧਾਰ ਦੇਖਣ ਨੂੰ ਮਿਲਿਆ। ਇਸ ਦੇ ਨਾਲ ਨਾਲ ਕੀ ਅੱਗੇ ਜੋ ਰੇਟ ਵਧਣਗੇ, ਕੀ ਸੰਭਾਵਨਾ ਮਾਰਕੀਟ ਦੀ ਦੇਖ ਕੇ ਲੱਗ ਰਹੀ ਹੈ, ਉਹਦੇ 'ਤੇ ਵੀ ਆਪਾਂ ਚਰਚਾ ਕਰਾਂਗੇ। ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ 'ਤੇ ਨਵੇਂ ਨੇ, ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਕਿ ਇੱਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਿਡ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ। ਸੋ ਕਿਸਾਨ ਵੀਰੋ, ਜੋ ਪਹਿਲੇ ਨਾਲੋਂ ਤੂੜੀ ਦੇ ਰੇਟਾਂ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ, ਅਤੇ ਜਿਵੇਂ ਕਿ ਆਪਾਂ ਜਾਣਦੇ ਹਾਂ ਜੋ ਕਾਫੀ ਲੰਮੇ ਚੌੜੇ ਏਰੀਏ 'ਚ ਹਰਿਆਣਾ ਪੰਜਾਬ 'ਚ ਜੋ ਝੋਨੇ ਦੀ ਲਵਾਈ ਹੈ ਉਹ ਖਤਮ ਹੋ ਚੁੱਕੀ ਹੈ, ਅਤੇ ਜਿਨ੍ਹਾਂ ਦੀਆਂ ਬਾਹਰ ਧਣਾਂ ਸੀ ਲਗਭਗ ਜੋ ਕਿਸਾਨ ਵੀਰਾਂ ਨੇ ਸਾਰੀ ਜੋ ਤੂੜੀ ਚੁਕਾ ਦਿੱਤੀ ਹੈ, ਅਤੇ ਪਹਿਲੇ ਨਾਲੋਂ ਰੇਟ 'ਚ ਵੀ ਹੁਣ ਸੁਧਾਰ ਦੇਖਣ ਨੂੰ ਮਿਲਿਆ। ਜੋ ਪਹਿਲੇ ਰੇਟ 220, 240, 250 ਤੱਕ ਚੱਲ ਰਹੇ ਸੀ ਉਹ ਹੁਣ ਲਗਭਗ 300 ਪਲੱਸ ਦੇਖਣ ਨੂੰ ਮਿਲੇ ਨੇ, ਅਤੇ ਅੱਗੇ ਆਉਣ ਵਾਲੇ ਦਿਨਾਂ 'ਚ ਇਹਦੇ 'ਚ ਥੋੜ੍ਹਾ ਹੋਰ ਸੁਧਾਰ ਦੇਖਣ ਨੂੰ ਮਿਲ ਸਕਦਾ, ਕਿਉਂ ਜੋ ਬਾਹਰ ਵਾਲੀ ਤੂੜੀ ਸਾਰੀ ਚੱਕੀ ਗਈ। ਸੋ ਹੁਣ ਅੰਦਰ ਜਿਨ੍ਹਾਂ ਨੇ ਸਟੋਰ ਕੀਤੀ ਆ ਉਹ ਵੇਟ ਕਰ ਸਕਦੇ ਨੇ, ਜਿਹਦੇ ਕਰਕੇ ਜੋ ਚੰਗੇ ਰੇਟ ਮਿਲਣ 'ਤੇ ਆਮ ਤੌਰ 'ਤੇ ਜ਼ਿਮੀਂਦਾਰ ਵੀਰ ਜੋ ਤੂੜੀ ਹੈ ਉਹ ਵੇਚਦਾ, ਅਤੇ ਉਹਦੇ ਕਰਕੇ ਜੋ ਪਿਛਲੇ ਦਿਨਾਂ 'ਚ ਸੁਧਾਰ ਵੀ ਦੇਖਣ ਨੂੰ ਮਿਲਿਆ। ਬਾਕੀ ਤੁਹਾਡੀ ਇਸ 'ਤੇ ਕੀ ਰਾਏ ਤੁਸੀਂ ਵੀ ਕਮੈਂਟਾਂ 'ਚ ਜ਼ਰੂਰ ਸਾਂਝੀ ਕਰੋ, ਅਤੇ ਇਸ ਦੇ ਨਾਲ ਨਾਲ ਜੋ ਮੌਕੇ 'ਤੇ ਰੇਟ ਚੱਲ ਰਹੇ ਨੇ ਉਹਦੇ 'ਤੇ ਵੀ ਆਪਾਂ ਚਰਚਾ ਕਰਦੇ ਹਾਂ। ਸਭ ਤੋਂ ਪਹਿਲੇ ਗੱਲ ਕਰੀਏ ਜੇ ਸਰਸਾ ਦੀ, ਤਾਂ ਲਗਭਗ 280 ਤੋਂ 320 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰੇਟ ਚੱਲ ਰਿਹਾ। ਫਤਿਹਾਬਾਦ 300 ਤੋਂ ਲੈ ਕੇ 350 ਰੁਪਏ ਤੱਕ ਜੋ ਵਧੀਆ ਤੂੜੀ ਹੈ ਉਹਦਾ ਰੇਟ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੈਗਾ। ਫਿਰ ਰਤੀਆ ਦੀ ਗੱਲ ਕਰੀਏ, 320 ਤੋਂ 340 ਰੁਪਏ ਪ੍ਰਤੀ ਕੁਇੰਟਲ। ਸਰਦੂਲਗੜ੍ਹ 290 ਤੋਂ 310, ਰਾਣੀਆਂ 300 ਦੇ ਆਰ ਬਾਰ ਜੋ ਰੇਟ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚੱਲ ਰਿਹਾ। ਹਿਸਾਰ ਦੀ ਗੱਲ ਕਰੀਏ, 360 ਤੋਂ ਲੈ ਕੇ ਲਗਭਗ 410 ਰੁਪਏ ਪ੍ਰਤੀ ਕੁਇੰਟਲ। ਮਾਨਸਾ 300 ਤੋਂ ਲੈ ਕੇ 330 ਰੁਪਏ। ਕੋਟਕਪੁਰਾ ਜੋ ਲਗਭਗ 300 ਤੋਂ ਲੈ ਕੇ 360 ਰੁਪਏ। ਮੋਗਾ 260 ਤੋਂ 310 ਰੁਪਏ। ਬਰਨਾਲਾ ਦੀ ਜੇ ਗੱਲ ਕਰੀਏ, 320 ਤੋਂ 370 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ। ਲੁਧਿਆਣਾ 330 ਤੋਂ 440, ਜਲੰਧਰ 325 ਤੋਂ 425, ਅੰਮ੍ਰਿਤਸਰ ਲਗਭਗ 350 ਦੇ ਆਰ ਬਾਰ ਏਰੀਏ ਦਾ ਜੋ ਰੇਟ ਹੈ ਉਹ ਚੱਲ ਰਿਹਾ। ਅਤੇ ਇਸ ਦੇ ਨਾਲ ਨਾਲ ਜਿਹੜੇ ਮੇਰੇ ਕਿਸਾਨ ਵੀਰਾਂ ਨੇ ਤੂੜੀ ਵੇਚੀ ਹੈ ਪਿਛਲੇ ਦਿਨਾਂ 'ਚ, ਉਹ ਕਮੈਂਟਾਂ 'ਚ ਆਪਦਾ ਸ਼ਹਿਰ ਦਾ ਨਾਂ ਜਾਂ ਪਿੰਡ ਦਾ ਨਾਂ ਅਤੇ ਕੀ ਰੇਟ ਤੂੜੀ ਵੇਚੀ ਹੈ ਉਹ ਵੀ ਜ਼ਰੂਰ ਕਮੈਂਟਾਂ 'ਚ ਦੱਸੋ, ਤਾਂ ਜੋ ਸਾਰੇ ਕਿਸਾਨ ਵੀਰ ਇਸ ਤੋਂ ਜਾਣਕਾਰੀ ਲੈ ਸਕਣ। ਅਤੇ ਅੱਗੇ ਆਉਣ ਵਾਲੇ ਦਿਨਾਂ 'ਚ ਕੀ ਤੂੜੀ ਦੀ ਸੰਭਾਵਨਾ ਤੁਹਾਨੂੰ ਲੱਗਦੀ ਹੈ ਉਹ ਵੀ ਤੁਸੀਂ ਆਪਦੇ ਵਿਚਾਰ ਕਮੈਂਟਾਂ 'ਚ ਜ਼ਰੂਰ ਸਾਂਝੇ ਕਰ ਸਕਦੇ ਹੋ। ਸੋ ਕਿਸਾਨ ਵੀਰੋ, ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਉ, ਅਤੇ ਇੱਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਿਡ ਤਾਜ਼ਾ ਮੰਡੀ ਦੇ ਰੇਟ ਜਾਣਨ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਜੋ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਚੰਗੀ ਅਤੇ ਸਹੀ ਜਾਣਕਾਰੀ ਮਿਲ ਸਕੇ। ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ, ਤੁਹਾਡਾ ਦਿਨ ਸ਼ੁਭ ਹੋਵੇ।